ਅਕਾਲੀ ਦਲ ਦੀ ਖਡੂਰ ਸਾਹਿਬ ਦੀ ਰੈਲੀ 'ਚ ਵਰਕਰਾਂ ਨੂੰ ਸ਼ਰਾਬ ਵੰਡਣ ਦੇ ਇਲਜ਼ਾਮਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਅਕਾਲੀ ਦਲ ਨੂੰ ਨੋਟਿਸ ਜਾਰੀ ਕਰ ਦਿੱਤਾ। ਚੰਡੀਗੜ੍ਹ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰਨਾ ਰਾਜੂ ਨੇ ਦੱਸਿਆ ਕਿ ਮਾਮਲੇ ਸੰਬੰਧੀ ਸਬੰਧਤ ਡਿਪਟੀ ਕਮਿਸ਼ਨਰ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਨਾਲ ਜਿਸ ਜਗ੍ਹਾ ਇਹ ਰੈਲੀ ਕੀਤੀ ਗਈ ਸੀ ਉਸ ਜਗ੍ਹਾ ਦੇ ਮਾਲਕ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਤਰਨ ਤਾਰਨ ਘਟਨਾ ਜਿਹਦੇ ਬਾਰੇ ਮੈਂ ਤੁਸੀਂ ਪੁੱਛ ਰਹੇ ਹੋ, ਉਹਦਾ DC ਦਾ ਰਿਪੋਰਟ ਆ ਗਿਆ ਹੈ, ਕੱਲ੍ਹ ਰਾਤ ਹੀ ਆ ਗਿਆ ਹੈ। DC ਵੱਲੋਂ ਆਲਰੇਡੀ ਜੋ ਕੰਸਰਨ ਬੰਦੇ ਹੈ ਉਨਕੋ ਨੋਟਿਸ ਜਾਰੀ ਕਰ ਦਿਆ ਗਿਆ ਹੈ। ਨੋਟਿਸ ਜੋ ਜਿਸ ਥਾਂ 'ਤੇ ਇਹ ਵਾਕਿਆ ਹੋਈ ਥੀ ਉਸ ਪਰਟੀਕੁਲਰ ਓਨਰ ਕੋ ਵੀ ਨੋਟਿਸ ਹੋ ਗਿਆ, ਉਸ ਜ਼ਿਲ੍ਹਾ ਕੀ ਦੀ ਪਰਟੀਕੁਲਰ ਪੋਲੀਟੀਕਲ ਪਾਰਟੀ ਕੀ ਜੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਉਨਕੋ ਵੀ ਨੋਟਿਸ DC ਵੱਲੋਂ ਜਾਰੀ ਕਰ ਦਿਆ ਗਿਆ ਹੈ। DC ਕੋ ਅਭੀ ਇਹ ਪਾਰਟੀਜ਼ ਆਪਣਾ ਆਪਣਾ ਰਿਸਪਾਂਸ ਦੇਂਗੇ। DC ਨੇ ਨੋਟਿਸ ਦਿਆ ਗਿਆ, ਦੀ ਕੈਂਡੀਡੇਟਸ ਕਾ ਨੇਮ ਮੇਰੇ ਪਾਸ ਅਭੀ ਨਹੀਂ ਹੈ, ਉਸਮੇ ਜਿਸ ਪਰਟੀਕੁਲਰ ਘਰ ਮੇ ਹੁਆ ਹੈ ਯਾ ਘਰ ਯਾ ਪਲੇਸ ਵਹਾਂ ਕਾ ਓਨਰ ਉਨਕੇ ਨੋਟਿਸ ਹੋ ਗਿਆ ਹੈ। ਔਰ ਦੂਸਰਾ ਹੈ ਪਰਟੀਕੁਲਰ ਪੋਲੀਟੀਕਲ ਪਾਰਟੀ ਕਾ ਪੋਲੀਟੀਕਲ ਕੈਂਡੀਡੇਟ ਕਾ ਨਹੀਂ, ਪੋਲੀਟੀਕਲ ਪਾਰਟੀ ਕਾ, ਚੂੰਕਿ ਅਭੀ ਤੱਕ ਕੈਂਡੀਡੇਟਸ ਕਾ ਐਲਾਨ ਨਹੀਂ ਹੁਆ ਹੈ। ਐਲਾਨ ਮਤਲਬ ਹਮਾਰਾ ਨੋਮੀਨੇਸ਼ਨ ਤਭੀ ਹਮਕੋ ਪਤਾ ਚਲੇਗਾ, ਤਬ ਤੱਕ ਦੀਜ਼ ਆਰ ਆਪਕੀ ਰਿਪੋਰਟ ਸਹੀ ਹੈ। ਕਿਉਂਕਿ ਜਬ ਤੱਕ ਹਮਾਰੇ ਪਾਸ ਪਰਟੀਕੁਲਰ ਕੈਂਡੀਡੇਟ ਨਾਮੀਨੇਸ਼ਨ ਫਾਰਮ ਨਹੀਂ ਬਰਤਾ, ਸਕਰੂਟਨੀ ਕੇ ਬਾਅਦ ਫਾਈਨਲ ਲਿਸਟ ਨਹੀਂ ਬਣਦਾ, ਤਬ ਤੱਕ ਹਮ ਲੋਕ ਕੋਈ ਕਿਸੀ ਕੋ ਕੈਂਡੀਡੇਟ ਨਹੀਂ ਮਾਨਤੇ ਹੈ। ਅਭੀ ਹਮਾਰਾ ਰਿਪੋਰਟ ਯਹੀ ਹੈ, ਉਨਕੋ ਨੋਟਿਸ ਦਿਆ ਗਿਆ ਹੈ, ਨੋਟਿਸ ਅਭੀ DC ਪਾਸ ਆਏਗਾ, DC ਫਿਰ ਫਾਈਨਲੀ ਕਾਰਵਾਈ ਕਰ ਦੇਗਾ। ਹਾਂ, ਸਾਰੀਆਂ ਦੀ ਜਿਤਨਾ ਵੀ ਉਸਮੇ ਤੱਥਿਆ ਆ ਗਏ ਹੈ, ਅਨਆਥੋਰਾਈਜ਼ਡ ਮੀਟਿੰਗ, ਅਨਆਥੋਰਾਈਜ਼ਡ ਯੂਜ਼ ਆਫ ਮਾਈਕ ਐਂਡ ਵਟ ਐਵਰ ਦੀ ਥਿੰਗਸ ਹੈਵ ਹੈਪਨਡ ਦੇਅਰ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ, ਜਿਸ ਤੋਂ ਬਾਅਦ ਅੱਜ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਅਕਾਲੀ ਇਹਨਾਂ ਇਲਜ਼ਾਮਾਂ ਨੂੰ ਲਗਾਤਾਰ ਨਕਾਰੇ ਨੇ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ, ਦੈਨਿਕ ਸਵੇਰਾ TV।